ਤੁਹਾਡਾ ਕੰਮ ਕਦੋਂ ਕੰਮ ਵੀਰੇ 4.5 ਸਾਲ ਹੋ ਗਏ ਜੀ ਕਰਦੇ ਆ 4.5 ਸਾਲ ਹਾਂਜੀ ਇਹਦਾ ਮੁੱਲ 1.5 ਲੱਖ ਮੰਗਦੇ ਆ 1.5 ਲੱਖ ਹਾਂ ਨਹੀਂ ਵੀਰੇ ਜੇ ਆਪਾਂ ਸਾਂਭਾਂਗੇ ਇਹਦੇ 'ਚ ਘਾਟਾ ਕੋਈ ਨਹੀਂ ਹੈਗਾ ਮਾਲ ਅੱਛਾ ਦੰਦਾਂ ਦਾ ਕਿਵੇਂ ਇਹ 6 ਦੰਦ ਆ ਵੀਰ ਜੀ ਹਾਈਟ 45+ ਹੋਊਗੀ ਜੀ ਬੱਚੇ ਵੀ ਲੈ ਜਾਂਦੇ ਆ ਜੀ ਬੰਦੇ ਜਿਵੇਂ ਜੰਮਦੇ ਜੀ 10 ਦਿਨ ਦਾ ਕੋਈ 12 ਦਿਨ ਦਾ ਕੋਈ ਵੱਡਾ ਵੀ ਹੋ ਜਾਂਦਾ ਜੀ ਉਹ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਅੱਜ ਆਪਾਂ ਮੁੱਲਾਪੁਰ ਜੋ ਕਿ ਮੇਲਾ ਲੱਗਦਾ ਹਰ ਸ਼ਨੀਵਾਰ ਨੂੰ ਬੱਕਰੇ ਬੱਕਰੀਆਂ ਭੇਡੂ ਭੇਡਾਂ ਦਾ ਖਰੀਦਣ ਦੇ ਲਈ ਇੱਥੇ ਸਾਰਾ ਕੁਝ ਮਿਲ ਜੂਗਾ ਤੁਹਾਨੂੰ ਕਟਿੰਗ ਦਾ ਮਾਲ ਤੋਂ ਲੈ ਕੇ ਪਾਲਣ ਵਾਲੇ ਜਾਨਵਰ ਤੁਹਾਨੂੰ ਮਿਲ ਜਾਣਗੇ ਅੱਜ ਮੇਲੇ ਦੇ ਵਿੱਚ ਬਾਈ ਬੱਕਰੇ ਲੈ ਕੇ ਆਏ ਨੇ ਬਹੁਤ ਸੋਹਣੀ ਕੁਆਲਿਟੀ ਦੇ ਨੇ ਬੱਕਰੀ ਬਰੀਡਰ ਬੱਕਰੇ ਆਪਾਂ ਕਹਿ ਦਈਏ ਪੂਰੀ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਦੇ ਤੁਹਾਨੂੰ ਚੰਗੇ ਬੱਕਰੇ ਆਪਾਂ ਤੁਹਾਡੇ ਰੂਬਰੂ ਕਰਦੇ ਹਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਬੱਕਰੇ ਕਿੱਦਾਂ ਦੇ ਲੱਗੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਠਾਕ ਬਾਈ ਵਧੀਆ ਭਾਜੀ ਭਾਈ ਕਿਹੜਾ ਏਰੀਆ ਹੈਗਾ ਬਾਈ ਜੀ ਆਨੰਦਪੁਰ ਕਲੌੜ ਪਿੰਡ ਆ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਜੀ ਆਨੰਦਗੜ੍ਹ ਆਨੰਦਪੁਰ ਕਲੌੜ ਜੀ ਆਨੰਦਪੁਰ ਕਲੌੜ ਹਾਂਜੀ ਫਤਿਹਗੜ੍ਹ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਜੀ ਅੱਛਾ ਹੋਰ ਸੁਣਾਓ ਪਹਿਲਾਂ ਅੱਜ ਕੀ ਲੈ ਕੇ ਆਏ ਵਧੀਆ ਭਾਜੀ ਬੱਕਰੇ ਹੀ ਲੈ ਕੇ ਆਏ ਆ ਛੇ ਕੱਲੇ ਹਾਂਜੀ ਕਾਰਨ ਬਾ ਆਪਣੇ ਪਾ ਬੱਕਰੇ ਜ਼ਿਆਦਾ ਦੇ ਜੀ ਪੱਠਾਂ ਹਲੇ ਵਧਾ ਰਹੇ ਆ ਫਿਰ ਕੁੱਲ ਕਿੰਨੇ ਕਿੰਨਾ ਨੇ ਹੈਗੇ ਜੀ 45 ਕਿੰਨਾ ਵੀ 45 ਕਿੰਨਾ ਹਾਂਜੀ ਕਿੰਨੋ ਕੁ ਤੁਹਾਡਾ ਕੰਮ ਕਦੋਂ ਕੁ ਕੰਮ ਵੀਰੇ 4.5 ਸਾਲ ਹੋ ਗਏ ਜੀ ਕਰਦੇ ਆ 4.5 ਸਾਲ ਹਾਂਜੀ ਕਿੰਨੇ ਨਾਗ ਬਣਾਏ ਆਪਾਂ ਦੱਸਿਆ ਬਾ ਵੇਚੀ ਜਾਂਦੇ ਆ ਭਾਜੀ ਜਣੀ ਹੁਣ ਆਪਣੇ ਪਾ 45 ਨਾਗ ਇਸ ਟਾਈਮ ਹੈਗੇ ਆ ਜੀ ਇਸ ਸਮੇਂ ਬੱਕਰੇ ਬੱਕਰੀਆਂ ਬੱਕਰੇ ਬੱਕਰੀਆਂ ਹਾਂ ਸੋਰੇ ਪਾ ਕੇ ਸਾਰੇ ਹਾਂਜੀ ਠੀਕ ਹੈ ਲੈ ਬੱਕਰਾ ਦੇਖੋ ਬਾਈ ਮਾਈਆਂ ਕੋਲੇ ਬਹੁਤ ਸੋਹਣਾ ਹੈਗਾ ਠੀਕ ਹੈ ਕੰਮ ਕਾਇ ਕਿਵੇਂ ਚੱਲ ਰਿਹਾ ਕੰਮ ਵੀਰੇ ਵਧੀਆ ਚੱਲਦਾ ਜੀ ਪੂਰਾ ਵਧੀਆ ਚੱਲਦਾ ਜੀ ਜੇ ਘਾਟਾ ਦੇ ਰਿਹਾ ਤਾਂ ਵੀ ਦੱਸੋ ਨਹੀਂ ਘਾਟਾ ਕੋਈ ਨਹੀਂ ਵੀਰੇ ਜੇ ਆਪਾਂ ਸਾਂਭਾਂਗੇ ਇਹਦੇ 'ਚ ਘਾਟਾ ਕੋਈ ਨਹੀਂ ਹੈਗਾ ਮਾਲ ਅੱਛਾ 4 ਸਾਲਾਂ ਦਾ ਐਕਸਪੀਰੀਅੰਸ ਦੱਸ ਰਹੇ ਹੋ ਹਾਂ ਜੀ ਹਾਂ ਘਾਟਾ ਕੋਈ ਨਹੀਂ ਪਾਇਆ ਜੀ ਕਿਉਂ ਰੱਖੇ ਮੈਂ ਵੀਰੇ ਲਿਆਈ ਗਿਆ ਜਾਨੀ ਹੁਣ ਤੱਕ ਮੈਂ 1.5-2 ਸਾਲ ਤੋਂ ਜਮਾ ਨਹੀਂ ਲਿਆਇਆ ਆਪਣੇ ਘਰ ਦੇ ਨਾਗ ਵੱਧ ਗਏ ਤੇ ਬਾ ਹੁਣ ਫਿਰ ਬੱਕਰੇ ਸੇਲ ਕਰੀ ਜਾਣਗੇ ਸੇਲ ਕਰੀ ਪਹਿਲਾਂ ਕਿੰਨੇ ਨਾਗ ਰੱਖੇ ਜੀ ਆਪਾਂ ਪਹਿਲਾਂ 10 ਨਾਗਾਂ ਤੋਂ ਸ਼ੁਰੂ ਕਰਿਆ ਦਾ ਜੀ ਠੀਕ ਹੈ ਹਾਂ ਕਿੰਨਾ ਟਾਈਮ ਸਾਂਭੇ ਫਿਰ ਉਹ ਕੀ ਕਰਿਆ ਉਹਨਾਂ ਦੇ ਬਾ ਵੀਰ ਜੀ ਸੂਈ ਗਈਆਂ ਬੱਕਰੀਆਂ ਵਧੀ ਗਏ ਪੱਠਾ ਰੱਖੀ ਗਏ ਬੱਕਰੇ ਛੇਲੇ ਸੇਲ ਕਰ ਦਿੰਦੇ ਤੇ ਜੀ ਛੇਲੇ ਸੇਲ ਹਾਂ ਕਿੰਨੇ ਮਹੀਨੇ ਦਾ ਸੇਲਾ ਸੇਲ ਕਰ ਦਿੰਦੇ ਮੇਰੇ ਬਾ ਛੋਟੇ ਬੱਚੇ ਵੀ ਲੈ ਜਾਂਦੇ ਆ ਜੀ ਬੰਦੇ ਜਿਵੇਂ ਜੰਮਦੇ ਜੀ 10 ਦਿਨ ਦਾ ਕੋਈ 12 ਦਿਨ ਦਾ ਕੋਈ ਵੱਡਾ ਵੀ ਹੋ ਜਾਂਦਾ ਜਿਵੇਂ ਨਹੀਂ ਕੋਈ ਆਉਂਦਾ ਗਾਹਕ ਇੰਨਾ ਹੀ ਵੇਚ ਦਿੰਦੇ ਹਾਂ ਛੋਟੇ ਬੱਚੇ ਛੋਟੇ ਵੀ ਵੇਚ ਦਿੰਦੇ ਠੀਕ ਹੈ ਚਲੋ ਆਹ ਦੱਸੀਏ ਬੱਕਰਾ ਦੇ ਦੰਦਾਂ ਦਾ ਕਿਵੇਂ ਇਹ 6 ਦੰਦ ਆ ਵੀਰ ਜੀ ਹਾਈਟ 45+ ਹੋਊਗੀ ਅੱਛਾ ਵਜਨ ਜੀ ਵਜਨ ਹੋਊਗਾ ਜੀ 80-90 ਕਿਲੋ 80-90 ਕਿਲੋ ਹੈ ਹਾਂਜੀ ਠੀਕ ਹੈ ਦੰਦ ਦੇਖ ਲੈ ਇੱਕ ਵਾਰ 6 ਦੰਦ ਹੀ ਹੈ ਨਾ 6 ਦੰਦ ਹੈ ਜੀ ਠੀਕ ਹੈ ਹਲ ਤਾਂ ਹਰ ਹਾਈਟ ਹੋਰ ਕਰਨੀ ਹਾਈਟ ਹੋਰ ਕਰੂਗਾ ਜੀ ਇਹ ਘਰ ਦਾ ਬੱਚਾ ਹਾਂਜੀ ਘਰ ਦਾ ਬੱਚਾ ਜੀ ਆਪਣਾ ਠੀਕ ਹੈ ਇਹ ਲੌਂਗੋਵਾਲ ਜਿੱਤਿਆ ਬਾਈ ਜੀ ਇਹ ਮੇਲੇ ਅੱਛਾ ਹਾਂਜੀ ਮੇਲਾ ਜਿੱਤਿਆ ਜਾਨੀ ਹਾਂਜੀ ਹਾਂ ਫਿਰ ਤਾਂ ਦੂਜੇ ਨੰਬਰ ਤੇ ਆਇਆ ਦੂਜੇ ਨੰਬਰ ਤੇ ਹਾਂਜੀ ਠੀਕ ਹੈ ਇਹਦਾ ਪਿਓ ਇਹਦਾ ਪਿਓ 47 ਇੰਚ ਹਾਈਟ ਆ ਉਹਦੀ ਡੈਥ ਹੋ ਗਈ ਜੀ ਉਹ ਵੀ ਤੁਹਾਡੇ ਕੋਲ ਹਾਂਜੀ ਉਹ ਵੀ ਆਪਣੇ ਘਰ ਦਾ ਹੀ ਤੇ ਠੀਕ ਹੈ ਯਾਨੀ ਕਿ ਬੱਕਰੇ ਜਿਹੜੀ ਪਹਿਲਾਂ ਤੋਂ ਲਏ ਹੋਣਗੇ ਤੁਸੀਂ ਹਾਂ ਜੀ ਹਾਂ ਪਹਿਲਾਂ ਕੀ ਬਾਤ ਹੈ ਇਹ ਤੋਰੇ ਇੱਕ ਵਾਰ ਮੜਾ ਇਹਨੂੰ ਇੱਧਰ ਨੂੰ ਤੋੜ ਲਓ ਇੱਧਰ ਨੂੰ ਤੋੜ ਲਓ ਚਾਹੇ ਲੈ ਆਓ ਬਸ ਲਾਈ ਬੱਕਰੇ ਬਹੁਤ ਸੋਹਣੇ ਨੇ ਵਜਨ ਵੀ ਬਹੁਤ ਜ਼ਿਆਦਾ ਹੈਗਾ ਐਂ ਮੰਨ ਕੇ ਚੱਲੋ ਵੀ ਅੱਜ ਬੱਕਰਿਆਂ ਦੇ ਇੱਕ ਨਾ ਹੜ ਲਿਆ ਤਾ ਬਾਬਾ ਜੀ ਨੇ ਕਿਉਂ ਬਾਬਾ ਜੀ ਹੜੇ ਕਹਿ ਸਕਦੇ ਬੱਕਰੇ ਦਾ ਹੜ ਲਿਆ ਤਾ ਠੀਕ ਹੈ ਮੁੱਲ ਕਿਆ ਰੱਖੇ ਦਾ ਇਹਦਾ ਮੁੱਲ 1.5 ਲੱਖ ਮੰਗਦੇ ਆ 1.5 ਲੱਖ ਹਾਂ ਦੇਣ ਲੈਣ ਜੀ ਦੇਣ ਲੈਣ ਇਹ ਹਾਂ ਜੀ ਠੀਕ ਹੈ 1.5 ਲੱਖ ਲੈਣ ਦੇਣਾ ਫਿਰ ਤੁਸੀਂ ਵੱਧ ਕਰ ਲਓ ਕੋਈ 1.5 ਦਾ ਤਾਂ ਕੋਈ ਨਹੀਂ ਮਾਨਤਾਨ ਕਰਦਾਂਗੇ ਘਟਾਊਗਾ ਤਾਂ ਹੈਗਾ ਯਾਰ ਮਾਨਤਾਨ ਕਰਦਾਂਗੇ ਕੋਈ ਚਲੋ ਉਹ ਗੱਲ ਵੱਖਰੀ ਹੈ ਨਾ ਹਾਂ ਜੀ ਚਲੋ ਇਹਨੂੰ ਬੰਨੋ ਇਹਦੇ ਬੱਚੇ ਹੈਗੇ ਨੇ ਆ ਬੱਚੇ ਖੜੇ ਆ ਜੀ ਇਹਨੂੰ ਬੰਨੋ ਲੈ ਇਹਨੂੰ ਬੰਨੋ ਆ ਸਾਰੇ ਖੋਲੀ ਆ ਸਾਰੇ ਬੱਚੇ ਇਹਦੇ ਨੇ ਜਿੰਨੇ ਵੀ ਖੜੇ ਨੇ ਇਸੇ ਦੇ ਆ ਲਿਆ ਬਈ ਨੇੜੇ ਤੋਂ ਦਿਖਾ ਦਿਆ ਸਾਰੇ ਬੱਚੇ ਇਸੇ ਦੇ ਨੇਗੇ ਆ ਜਿਹੜੀ ਪੱਠ ਹੈ ਇਹ ਪੱਠ ਹੋਰ ਹੁੰਦੀ ਹੈ ਜੀ ਇਹ ਪੱਠ ਲੋਹੇ ਬੱਕਰੇ ਲੈ ਉਹ ਬਈ ਖੋਲ ਕੇ ਬੱਚੇ ਲਿਆ ਇਹ ਦੇਖੀ ਚੱਲੋ ਬੱਚੇ ਦਿਖਾਉਣੇਗੇ ਤੁਹਾਨੂੰ ਬੱਚਿਆਂ ਦਾ ਕੀ ਮੰਗਦੇ ਨੇਗੇ ਬੱਚਿਆਂ ਦਾ ਕੀ ਮੰਗ ਰਹੇ ਹੋ ਜੀ ਫਿਰ ਇਹਦਾ ਵੀਰ ਜੀ ਆਪਾਂ 25,000 ਮੰਗਦੇ ਹਾਂ ਜੀ ਕਿੰਨੇ ਮਹੀਨੇ ਦਾ ਹੋਊਗਾ ਇਹ ਹੈਗਾ ਜੀ 6 ਮਹੀਨੇ ਤੋਂ 10 ਦਿਨ ਉੱਪਰ ਆ ਜੀ ਇਹ ਖਵਾਇਆ ਕੀ ਹੋਇਆ ਇਹਨੂੰ ਢਿੱਡ ਬਾਹਵਾ ਗੱਡੀ ਬੈਠਾ ਖਾਂਦੇ ਰੱਜ ਕੇ ਆ ਜੀ ਪੂਰਾ ਘਰੇ ਖੜਦੇ ਆ ਬੱਚੇ ਕੀ ਖਾਂਦੇ ਆ ਘਰੇ ਇਹ ਘਰੇ ਇਹਨਾਂ ਨੂੰ ਗੁਵਾਰਾ ਪਾਈ ਜਾਂਦੇ ਆ ਜੀ ਹਾਂ ਬਾਕੀ ਰੈਸਨ ਰੂਸਨ ਪਾ ਦਿੰਦੇ ਆ ਚਰੀ ਟੱਪਾ ਘਰੇ ਜਣੀ ਖਾਈ ਜਾਂਦੇ ਸਾਰੀ ਚੀਜ਼ ਜੋ ਪਾ ਦਿੰਦੇ ਚਰੀ ਚੁਰੀ ਪੂਰੀ ਚੱਕਦੇ ਆ ਜਾਨੀ ਵਾਲੀ ਇਹਦੇ ਚ ਨਾ ਖਿੱਚ ਖਿੱਚ ਲੈਂਦੇ ਇਹ ਬੱਚਾ ਇਹਦੇ ਹੀ ਆ ਜਾਨੀ ਕਿ ਹਾਂਜੀ ਹਾਂ ਇਸੇ ਬੱਕਰੇ ਮੁੱਲ ਲੱਗਿਆ ਕੁਛ ਮੁੱਲ ਹਲੇ ਨਹੀਂ ਵੀਰ ਜੀ ਲੱਗਿਆ ਕੋਈ ਵੀ ਇਹਨਾਂ ਮੈਨੂੰ ਐ ਲੱਗਦਾ ਵੀ ਮੁੱਲ ਹੀ ਜ਼ਿਆਦਾ ਕਰ ਲਿਆ ਆਪਾਂ ਨੇ ਨਹੀਂ ਆਪਾਂ ਚਲੋ ਜੋ ਹੋਇਆ ਜਾਇਜ਼ ਦੇ ਦਾਂਗੇ ਕੋਈ ਗੱਲ ਨਹੀਂ ਠੀਕ ਹੈ ਚਲੋ ਭਾਈ
ਗੱਲ ਮੁੱਲ ਲੱਗੇ ਦੀ ਹੁੰਦੀ ਹੈ। ਇਹਨਾਂ ਨੇ ਮੰਗਣ ਵਾਲਿਆਂ ਨੇ ਆਪਦਾ ਮੰਗ ਲਿਆ। ਲੈ ਇਹ ਵੀ ਬੰਦ ਹੋ 17,000-17,500 ਦਾ ਪਿੰਡ ਲੱਗੀ ਜਾਂਦਾ ਜੀ ਇਹ ਬੱਚਿਆਂ ਦਾ ਇਹਨਾਂ ਦਾ। ਹਾਂ ਜੀ ਆਪਾਂ ਦਿੱਤੇ ਨਹੀਂ ਜਾਣੀ। ਓਕੇ ਵਜਨ ਦਾ ਕਿੰਨਾ ਕੁ ਹੋਊਗਾ ਇਹਨਾਂ ਦਾ ਹੁਣ? ਵਜਨ ਹੋਊਗਾ ਜੀ ਦੇ 40 ਕਿਲੋ 40-45 ਕਿਲੋ ਚਾਲੀ-45 ਦਾ ਹੋਊਗਾ ਜੀ। ਬਾਕੀ ਬੱਚੇ ਸੋਹਣੇ ਵੀ ਨੇ ਬਣਦੇ ਤਾਂ ਨੇ। ਆ ਦੇ ਲੈ ਇਹਨੂੰ ਬੰਨਿਓ ਬਈ ਸਾਰੇ ਮੰਡੀ ਚੋਂ। ਹਾਂ ਲੈ ਆ ਬਾਈ ਜਿੱਡਾ ਬੱਕਰਾ ਗਾ ਠੀਕ ਹੈ ਇਹਦੇ ਏਡਾ ਕੱਦ ਦਾ ਇਹਦਾ ਹੋਣਾ ਗਾ। ਤੇਰਾ ਕੱਦ ਕਿਵੇਂ ਮਾਦਰ ਆ ਰਹਿ ਗਿਆ ਬਾਈ? ਖੁਰਾਕ ਨਹੀਂ ਖਾਧੀ ਮੈਂ ਠੀਕ ਹੈ। ਇੱਧਰ ਪਾਸੇ ਖੜ ਵੀਰੇ ਇੱਧਰ ਆਇਆ ਬਾਈ ਆਇਓ ਬਾਈ ਤੁਹਾਨੂੰ ਹੋਰ ਦਿਖਾ ਦਾ। ਆਹ ਜਿਹੜੇ ਬੱਚੇ ਨੇ ਬਾਬਾ ਜੀ ਇਸੇ ਨੇ ਸਾਰੇ? ਹਾਂਜੀ ਅੱਛਾ ਆਇਓ ਮਾੜਾ ਉਰੇ ਹਲਾ ਫੜੀ ਵਰਿੰਦਰ ਬਾਈ ਆਹ ਫੜ ਬਾਈ। ਇਹਨਾਂ ਦਾ ਫਿਰ ਕੀ ਮੁੱਲ ਕਰਿਓ ਇਹ ਦੰਦਾਂ ਦੇ ਕਿਵੇਂ ਨੇ? ਇਹ ਹੈਗਾ ਜੀ 4 ਦੰਦ ਆ ਜੀ ਇਹ। ਹਾਂ ਜੀ ਇਹਦਾ ਮੁੱਲ? ਇਹਦਾ 50,000 ਮੰਗਦੇ ਆ। ਇਹਦਾ 50,000 ਯਾਨੀ ਕਿ ਤੁਸੀਂ ਆਪਦੇ ਬੜੇ ਬੱਕਰੇ ਦੇ ਲੈ ਕੇ ਆਓਗੇ? ਹਾਂ ਜੀ ਹਾਂ ਇਸੇ ਦੇ ਆ ਜੀ ਸਾਰੇ ਬੱਚੇ। ਠੀਕ ਹੈ ਬੱਕਰਾ ਤਾਂ ਬਹੁਤ ਸੋਹਣਾ ਲੱਗਿਆ ਚੰਗੀ ਗੱਲਬਾਤ ਆ ਚੰਗੀ ਕੁਆਲਿਟੀ ਵੀ ਹੈਗੀ ਆ। ਵੇਚਣ ਦਾ ਮਨ ਕਿਵੇਂ ਬਣਾ ਰੱਖਿਆ ਫਿਰ ਇਹਨੂੰ? ਕੌਣ ਲੋੜ ਨਹੀਂ ਹੈਗੇ ਆ ਜੀ ਆਪਣੇ ਹੋਰ ਬੱਕਰੇ ਘਰੇ ਹੈਗੇ ਤਾਂ ਜਿਵੇਂ ਕੱਦ ਕਾਠ ਇਹਨੇ ਕਰਿਆ ਗਾ। ਹਾਂ ਜੀ ਇਹਦਾ ਕੋਈ ਬੱਚਾ ਇਹੋ ਜਿਹਾ ਵੀ ਜਿਹਨੇ ਇਹਦੇ ਇੰਨਾ ਕੱਦ ਕਾਠ ਕਰਿਆ ਹੋਵੇ? ਇਹਦਾ ਭਰਾ ਇਹਦੇ ਨਾਲੋਂ ਵੀ ਹਾਈਟ ਜ਼ਿਆਦਾ ਹੈ ਜੀ ਉਹਦੀ। ਕੰਨ ਵੀ 20-21 ਇੰਚ ਲੰਬੇ ਆ ਜੀ ਉਹਦੇ ਕੰਨ। ਹਾਂ ਜੀ ਹਾਂ ਠੀਕ ਹੈ ਇਹਦੇ ਨਾਲੋਂ ਉੱਚਾ? ਇਹਦੇ ਨਾਲੋਂ ਵੀ ਉੱਚਾ ਜੀ ਉਹ। ਠੀਕ ਆ ਆਹ ਸਹੀ ਗੱਲ ਆ ਬਹੁਤ ਸੋਹਣਾ ਬਣਿਆ ਗਾ ਉਹ ਲੰਬਾਈ ਲੈਂਥ ਵੀ ਵੱਧ ਆ ਉਹਦੀ ਉਹ ਰੱਖ ਰੱਖੇਗਾ। ਹਾਂ ਜੀ ਉਹਦਾ ਰਿਜ਼ਲਟ ਹੁਣ ਉਹਦਾ ਰਿਜ਼ਲਟ ਨਹੀਂ ਜੀ ਹਲੇ ਲਿਆ ਨਹੀਂ। ਅੱਛਾ ਹਾਂ ਉਹ ਕਿੰਨੇ ਦੰਦ ਚ? ਉਹ 6 ਦੰਦ ਹੈ। 6 ਦੰਦ ਚ? ਹਾਂ 6 ਦੰਦ ਹੈ ਨਾ ਸਹੀ ਗੱਲ। ਲੈ 1.5 ਲੱਖ ਦਾ ਫਿਰ ਦੇਣ ਹੀ ਦੇਣਾ ਹੈ। ਹਾਂ ਕੋਈ ਨਹੀਂ ਮਾਣ ਤਾਣ ਕਰ ਦਾਂਗੇ ਜੇ ਕੋਈ ਬੰਦਾ ਆਊਗਾ ਕੋਈ। ਇਹ ਲੌਂਗ ਵਾਲਾ ਚੈਂਪੀਅਨ ਵੀ ਹੈਗਾ ਜੀ। ਹਾਂ ਹਾਂ ਉਹ ਤਾਂ ਬਾਈ ਜੀ ਨੇ ਦੱਸਤਾ ਵੀ ਚੈਂਪੀਅਨ ਰਹੇਗਾ। ਇੱਕ ਵਾਰੀ ਤੋਰੀ ਮੈਂ ਇਹਨੂੰ ਜਿਹੜਾ ਬੱਚਾ ਤੁਸੀਂ ਕਹਿੰਦੇ ਵੀ 10-12 ਦਿਨਾਂ ਦੇ ਉਹ ਵੀ ਪਾਲ ਲੈਂਦੇ ਲੋਕ? ਪਾਲ ਦਿੰਦੇ ਜੀ ਪੜ੍ਹ ਲੈਂਦੇ। ਹਾਂ ਜੀ ਹਾਂ ਬੱਚੇ ਆਪਣੇ ਗਰੋਥ ਗਰੂਥ ਬਹੁਤ ਕਰਦੇ ਆ ਜੀ ਇਹਨਾਂ ਦੇ। ਅੱਛਾ ਹਾਂ ਤੁਸੀਂ ਕਿੱਥੋਂ ਲਿਆ ਸੀਗਾ ਇਹ? ਆਪਾਂ ਲੱਖੀ ਲਸਾੜੇ ਵਾਲੇ ਤੋਂ ਲਿਆ ਤੇ ਜੀ। ਅੱਛਾ ਹਾਂ ਉਦੋਂ ਕਿੰਨਾ ਕੁ ਲਿਆ ਸੀਗਾ ਕਿੱਦਾਂ ਕੁ ਸੀਗਾ? ਇਹ ਨਹੀਂ ਜੀ ਇਹਨਾਂ ਦਾ ਬਾਪ ਤਾਂ ਜਿਹੜਾ ਉਹ ਲੈ ਕੇ ਆਏ ਤੇ ਜੀ ਇਹ ਤਾਂ ਆਪਣੇ ਘਰ ਦੇ ਬੱਚੇ ਆ ਜੀ। ਓਕੇ ਜੀ ਉਹ ਕਿੱਦਾਂ ਕੁ ਲਿਆ ਸੀ ਫਿਰ? ਉਹ ਲਿਆ ਤਾਂ ਜੀ ਮੈਂ ਹੈਗਾ ਤਾਂ 5-5.5 ਮਹੀਨੇ ਦਾ ਜੀ। ਹਾਂ ਜੀ ਫਿਰ ਪਾਲ ਕੇ